ਸੇਵਾ ਸਿੰਘ ਆਪਣੇ ਸਾਰੇ ਪੁੱਤਰਾਂ ਨੂੰ ਵਿਆਹ ਕੇ ਸੁਰਖਰੂ ਹੋ ਚੁੱਕਿਆ ਸੀ। ਜੇ ਕਿਸੇ ਜੱਟ ਦੀ ਕਬੀਲਦਾਰੀ ਕਿਉਂਟੀ ਜਾਵੇ ਤੇ ਉਸਦੇ ਸਿਰ ਕੋਈ ਕਰਜ਼ਾ ਨਾ ਹੋਵੇ ਤਾਂ ਉਹਦੀ ਬਰਾਬਰੀ ਕਿਸ ਕਰ ਲੈਣੀ ਹੈ? ਆਪਣੀ ਕਿਸਮਤ ਦਾ ਉਹ ਆਪ ਮਾਲਕ ਹੁੰਦਾ ਹੈ। ਉਸਦੇ ਹਾਣੀ ਜੋ ਅਜੇ 60-65 ਸਾਲ ਦੇ ਸਨ 80 ਸਾਲਾਂ ਦੇ ਬੁੱਢਿਆਂ ਵਾਂਗ ਲੱਗਦੇ ਸਨ, ਪਰ ਸੇਵਾ ਸਿੰਘ ਤਾਂ ਅਜੇ 60 ਤੋਂ ਘੱਟ ਉਮਰ ਦਾ ਲੱਗਦਾ ਸੀ। ਐਪਰ ਆਦਮੀ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ ਜੇਕਰ ਉਹਨਾਂ ਨੂੰ ਕੋਈ ਗੈਬੀ ਔਰ ਅਵੱਲੀ ਸੱਟ ਨਾ ਲੱਗੇ, ਤੇ ਸੇਵਾ ਸਿੰਘ ਅਜੇ ਤੱਕ ਅਜਿਹੀ ਸੱਟ ਤੋਂ ਬਚਿਆ ਹੋਇਆ ਸੀ। ਇੱਕ ਦਿਨ ਗਰਮੀ ਦੀ ਰੁੱਤੇ ਪਿੱਪਲ ਹੇਠ ਬੈਠੇ ਭਾਈ ਪ੍ਰਤਾਪ ਸਿੰਘ ਨੇ ਆਖਿਆ, ਬਾਬਾ ਸੇਵਾ ਸਿਉਂ, ਹੁਣ ਤੂੰ ਭਜਨ ਬੰਦਗੀ ਵੱਲ ਮੁੜ। ਤੇਰੇ ਪੁੱਤਰ ਕਾਰ ਵਿਹਾਰਾਂ ਚ ਖੂਬੀ ਰੰਗੀ ਵਸਦੇ ਨੇ, ਉਹਨਾਂ ਨੂੰ ਅੱਡ ਕਰਦੇ ਤੇ ਸੁਰਖਰੂ ਹੋ। ਆਪਣਾ ਚੁੱਲ੍ਹਾ ਅੱਡ ਰੱਖ, ਮਾਈ ਦੋ ਫੁਲਕੇ ਲਾ ਲਊਗੀ, ਸਾਰਿਆਂ ਪੁੱਤਰਾਂ ਨਾਲ ਇਨਸਾਫ ਕਰੀ, ਛੋਟੇ ਵੱਡੇ ਦਾ ਕੋਈ ਵਖੀਵਾ ਨਾ ਕਰੀ, ਆਪਣੇ ਹੱਥ ਕੁਝ ਰਾਸ ਰੱਖੀ। ਨੋਹਾਂ ਪੁੱਤ ਆਪੇ ਹੀ ਤੁਹਾਡਾ ਖਿਆਲ ਰੱਖਣਗੇ, ਕਿਸੇ ਇੱਕ ਦੇ ਬੂਹੇ ਤੇ ਬੈਠਣਾ ਦੂਸਰਿਆਂ ਨੂੰ ਰੜਕੂ, ਸੋਚਣਗੇ ਬੁੜਾ ਪਤਾ ਨੀ ਕੀ ਉਹਨੂੰ ਖਵਾਈ ਜਾਂਦਾ, ਗ੍ਰਹਿਸਥੀ ਵਿੱਚ ਹੁਣ ਤੇਰੀ ਖੁੱਬੇ ਰਹਿਣ ਦੀ ਉਮਰ ਨਹੀਂ, ਬਸ ਅਟੰਕ ਰਹੋ। ਸਭ ਤੋਂ ਸਾਲ ਭਰ ਲਈ ਠੇਕਾ ਜਾਂ ਬਜਵੇਂ ਦਾਣੇ ਕਰ ਲਈ, ਖਰਚਾ ਤੁਰਦਾ ਜਾਊ। ਪੋਤੇ ਪੋਤਰੀਆਂ ਦੀ ਤਲੀ ਤੇ ਕਿਸੇ ਦਿਨ ਤਿਉਹਾਰ ਬਹਾਨੇ ਫਲ ਮਠਿਆਈ ਜਾਂ ਦਸਾਂ ਪੰਜਾਂ ਰੱਖਤਾ, ਵੇਖੀ ਤੈਨੂੰ ਕਿਵੇਂ ਹੱਥੀ ਛਾਵਾਂ ਕਰਦੇ। ਜੇ ਇੱਕ ਦੇ ਕਿੱਲੇ ਬੱਜ ਗਿਆ ਤਾਂ ਪਸ਼ੂਆਂ ਵਾਂਗ ਅੜਿੰਗਦਾ ਰਹੇਗਾ, ਕਿਸੇ ਬਾਤ ਨੀ ਪੁੱਛਣੀ, ਤੇਰੀ ਆਦਰ ਘਟਾਏਗਾ। ਹੇਖਾਂ ਕੀ ਕਮਣੀਆਂ ਮਾਰਦਾ ਹੈ ਭਾਈ ਪ੍ਰਤਾਪ ਸਿੰਘ, ਨੂੰਹਾਂ ਪੁੱਤਾਂ ਨਾਲੋਂ ਅੱਡ ਹੋ ਕੇ ਜਾਇਦਾਦ ਵੰਡ ਕੇ ਭਜਨ ਬੰਦਗੀ ਕਰਾਂ? ਕੀ ਤਾਰੂਗੀ ਮੈਨੂੰ ਭਜਨ ਬੰਦਗੀ, ਇਤਨਾ ਲਾਣਾ ਛੱਡ ਕੇ ਵੱਖਰੀ ਕੁੱਲੀ ਬਣਾ ਕੇ ਬਹਿ ਜਾਵਾਂ? ਵਾਹ ਭਾਈ ਜੀ, ਤੂੰ ਵੀ ਚੰਗੀਆਂ ਗੱਲਾਂ ਜਿਵੇਂ ਭੁੱਲ ਗਿਆ ਏ, ਚੱਜ ਦੀਆਂ ਗੱਲਾਂ ਕਰਿਆ ਕਰ, ਐਵੇਂ ਨਾ ਲੀਰ ਲੰਗਾਰੇ ਕਰਨ ਦੀਆਂ ਵਿਉਂਤਾਂ ਘੜਦਾ ਰਿਹਾ ਕਰ। ਬਾਬਾ ਸੇਵਾ ਸਿੰਘ ਨੂੰ ਭਾਈ ਦੀਆਂ ਗੱਲਾਂ ਤੇ ਗੁੱਸਾ ਆ ਰਿਹਾ ਸੀ। ਗੱਲਾਂ ਤਾਂ ਪ੍ਰਤਾਪ ਸਿੰਘ ਦੀਆਂ ਠੀਕ ਸਨ, ਪਰ ਸੇਵਾ ਸਿੰਘ ਦੇ ਸਿਰ ਤੇ ਭੂਤ ਸਵਾਰ ਸੀ। ਉਸਦੇ ਦੋ ਮੁੰਡੇ ਤਾਂ ਪਹਿਲਾਂ ਹੀ ਟੱਬਰ ਟੀਰੇ ਨਾਲ ਬਾਹਰ ਰਹਿੰਦੇ ਸਨ, ਪਰ ਉਹਨਾਂ ਦੀ ਹੁਣ ਨਿਭਦੀ ਨਹੀਂ ਲੱਗਦੀ ਸੀ, ਨਿੱਤ ਝਗੜਦੇ ਰਹਿੰਦੇ। ਉਹਨਾਂ ਨੂੰ ਜ਼ਮੀਨ ਅੱਡ ਕਰ ਦੇਣਾ ਔਖਾ ਕੰਮ ਨਹੀਂ ਸੀ, ਪਰ ਜੱਟ ਦੀ ਸੋਚ ਜ਼ਰਾ ਵੱਖਰੀ ਹੁੰਦੀ ਹੈ। ਉਹ ਆਪਣੇ ਆਪ ਨੂੰ ਲਾਣੇ ਵਾਲਾ ਖਵਾ ਕੇ ਖੁਸ਼ ਰਹਿੰਦਾ ਸੀ ਕਿ ਨੂੰਹ ਪੁੱਤ ਉਸਦੀ ਸੇਵਾ ਕਰਦੇ ਨੇ। ਘੱਟੋ ਘੱਟ ਲੋਕਾਂ 'ਚ ਭੱਲ ਤਾਂ ਬਣੀ ਹੋਈ ਹੈ ਕਿ ਸੇਵਾ ਸਿੰਘ ਦਾ ਪਰਿਵਾਰ ਬੜਾ ਸਾਊ ਤੇ ਸਲੱਗ ਹੈ, ਕਿਤਨਾ ਸੋਹਣਾ ਇਕੱਠ ਨਿਭਰਿਆ ਹੈ। ਪਰ ਸੇਵਾ ਸਿੰਘ ਨੇ ਇਹ ਨਹੀਂ ਸੋਚਿਆ ਸੀ ਕਿ ਪਰਿਵਾਰ ਦੀ ਗੰਢ ਵਗਦੇ ਪਾਣੀ ਵਿੱਚ ਖੁੱਲ੍ਹੇ ਤੂੜੀ ਦੀ ਪਰਵਾਂਗ ਹੁੰਦੀ ਹੈ, ਜਦੋਂ ਖੁੱਲ੍ਹਣ ਲੱਗਦੀ ਹੈ ਤਾਂ ਸਾਰੇ ਕੱਖ ਖਿਲਰ ਜਾਂਦੇ ਨੇ, ਹੱਥ ਵਿੱਚ ਤੀਲਾ ਵੀ ਨਹੀਂ ਰਹਿੰਦਾ। ਸੇਵਾ ਸਿੰਘ ਆਪਣੇ ਮੁੰਡਿਆਂ ਨੂੰ ਇਸ ਕਰਕੇ ਵੀ ਅੱਡ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਅਜਿਹਾ ਕਰਨਾ ਅੱਡ ਹੋਣ 'ਤੇ ਸ਼ਹਿਰ ਰਹਿੰਦੇ ਮੁੰਡਿਆਂ ਨੂੰ ਹਿੱਸਾ ਠੇਕਾ ਦੇਣਾ ਪਊਗਾ। ਇਸੇ ਕਾਰਨ ਇਕੱਠ ਦੀਆਂ ਬਰਕਤਾਂ ਦੀਆਂ ਕਹਾਣੀਆਂ ਕਰਦਾ ਰਹਿੰਦਾ। ਜਦੋਂ ਸ਼ਹਿਰ ਵਾਲੇ ਮੁੰਡੇ ਕੋਈ ਗੱਲ ਛੇੜਦੇ ਤਾਂ ਆਖਦਾ, ਜੇ ਤੁਸੀਂ ਅੱਡ ਹੋ ਗਏ ਮੈਂ ਉਸੇ ਦਿਨ ਹੀ ਮਰ ਜਾਊਂ। ਉਸਦੀਆਂ ਨੂੰਹਾਂ ਹਾਸੇ ਹਾਸੇ ਵਿੱਚ ਆਖ ਛੱਡਦੀਆਂ, ਤਾਂ ਬਾਪੂ ਛੇਤੀ ਮਰ, ਫਿਰ ਤਾਂ ਹਿੱਸਾ ਮਿਲੂ ਕਿ ਨਾ। ਬਾਪੂ ਸੁਣ ਕੇ ਝੇਪ ਜਾਂਦਾ ਤੇ ਕਈ ਦਿਨ ਗੁੰਮਸੁੰਮ ਰਹਿੰਦਾ। ਇੱਕ ਦਿਨ ਵਾਹੀ ਕਰਦੇ ਮੁੰਡੇ ਐਸੇ ਖੈਬੜੇ ਕਿ ਉਹਨਾਂ ਦੀਆਂ ਤੀਵੀਆਂ ਵੀ ਗੁੱਤੋ ਗੁੱਤ ਹੋ ਪਈਆਂ, ਇੱਕ ਦੂਸਰੇ ਦੇ ਜਵਾਕ ਵੀ ਕੁੱਟ ਛੱਡੇ। ਉਸ ਦਿਨ ਬਾਬਾ ਸੇਵਾ ਸਿੰਘ ਦੀ ਹਾਲਤ ਬੜੀ ਤਰਸਯੋਗ ਸੀ। ਜਦੋਂ ਪਿੱਪਲ ਹੇਠ ਭਾਈ ਪ੍ਰਤਾਪ ਕੋਲ ਗਿਆ ਤੇ ਬੈਠਿਆ ਤੇ ਭਾਈ ਨੇ ਆਪੇ ਹੀ ਭਾਂਪ ਲਿਆ ਕਿ ਕੁਝ ਤਾਂ ਗੜਬੜ ਹੈ। ਕਿਉਂ ਸੇਵਾ ਸਿਉਂ, ਲੱਗਦਾ ਸੇਵੇ ਨੂੰ ਮੇਵਾ ਨਹੀਂ ਮਿਲਿਆ।
ਨੂੰਹਾਂ ਦੀਆਂ ਪੱਕੀਆਂ ਕੁਝ ਜ਼ਿਆਦਾ ਹੀ ਤੱਤੀਆਂ ਨੇ। ਦੱਸ ਭਾਵੇਂ ਨਾ ਦੱਸ, ਤੈਨੂੰ ਝੋਰਾ ਤਾਂ ਕੋਈ ਹੈ? ਭਾਈ ਪ੍ਰਤਾਪ ਸਿੰਘ ਨਾਲੇ ਪੁੱਛ ਰਿਹਾ ਸੀ, ਨਾਲੇ ਮਖੌਲ ਜੇ ਕਰ ਰਿਹਾ ਸੀ। ਹੁਣ ਸੇਵਾ ਸਿੰਘ ਤੋਂ ਰਿਹਾ ਨਾ ਗਿਆ ਤੇ ਉੱਦੜ ਪਿਆ, ਭਾਈ ਤੂੰ ਠੀਕ ਹੀ ਕਹਿੰਦਾ ਸੀ, ਹੁਣ ਤਾਂ ਅੱਡ ਕਰਕੇ ਹੀ ਸੁਖਾਲਾ ਹੋ। ਹੁਣ ਤਾਂ ਘਰ ਵਿੱਚ ਬਿਨਾਂ ਗੱਲ ਦੇ ਮਹਾਂਭਾਰਤ ਛਿੜੀ ਰਹਿੰਦੀ ਹੈ। ਦੋਵੇਂ ਮੁੰਡੇ ਇੱਕ ਦੂਸਰੇ ਨੂੰ ਢੱਡਾ ਮਾਰਨ ਆਉਂਦੇ ਨੇ। ਉਹਨਾਂ ਦੀਆਂ ਘਰ ਵਾਲੀਆਂ ਸਾਰਾ ਦਿਨ ਮੱਕੀ ਦੇ ਦਾਣਿਆਂ ਵਾਂਗੂ ਭੁੱਜਦੀਆਂ ਰਹਿੰਦੀਆਂ ਨੇ ਤੇ ਤੇਰੀ ਬੇਬੇ ਮੇਰਾ ਢਿੱਡ ਪਾੜਨ ਨੂੰ ਆਉਂਦੀ ਹੈ, ਛੋਟੀ ਪਿੰਦਰੀ ਦੀ ਵਾਰ ਕਰਾਉਂਦੀ ਹੈ। ਮੇਰੇ ਟੋਕਣ ਤੇ ਮੈਨੂੰ ਹੀ ਪੈਂਦੀ ਹੈ, ਮੇਰੀ ਸਲਾਹ ਮੰਨ, ਕਰਦੇ ਅੱਡ ਚੰਗਾ ਰਹੇਗਾ, ਕਰਦੇ ਅੱਡ ਸੁਖਾਲੇ ਰਹਿਣਗੇ ਹੱਡ। ਕਬੀਲਦਾਰੀ ਦਾ ਜੂੜਾ ਲਾ ਕੇ ਪਾ ਦੇ ਮੁੰਡਿਆਂ ਦੇ ਕੰਨੀ, ਜੇ ਨਿੱਤ ਦੇ ਭੇੜ ਚ ਕਿਸੇ ਦਾ ਸਿਰ ਪਾਟ ਗਿਆ ਤਾਂ ਭਰਾ ਬੋਲਣ ਕੂਣ ਤੋਂ ਵੀ ਜਾਵਾਂਗੇ, ਤੂੰ ਕਿਸਦਾ ਪੱਖ ਲਵੇਂਗਾ? ਭਾਈ ਪ੍ਰਤਾਪ ਸਿੰਘ ਨੇ ਖਰੀ ਸਲਾਹ ਦਿੱਤੀ। ਕੁਝ ਚਿਰ ਪਿੱਛੋਂ ਸੇਵਾ ਸਿੰਘ ਨੇ ਸਾਰੇ ਟੱਬਰ ਨੂੰ ਬੁਲਾ ਕੇ ਵੰਡ ਬਣਾਈਆਂ ਤਾਂ ਕਰ ਦਿੱਤੀਆਂ, ਪਰ ਆਪਣੇ ਪੈਰ ਆਪ ਹੀ ਕੁਹਾੜਾ ਮਾਰ ਲਿਆ। ਆਪਣੇ ਲਈ ਕੋਈ ਮਕਾਨ ਨਾ ਰੱਖਿਆ, ਛੋਟੇ ਨਾਲ ਹੋ ਗਿਆ, ਤੇ ਜ਼ਮੀਨ ਆਪਣੇ ਹਿੱਸੇ ਦੀ ਵੀ ਉਹਦੇ ਹਵਾਲੇ ਕਰ ਦਿੱਤੀ। ਇਹ ਕੁਝ ਉਸਨੇ ਵੱਡੇ ਵਾਹੀਵਾਨ ਮੁੰਡੇ ਨੂੰ ਪਰੇਸ਼ਾਨ ਕਰਨ ਲਈ ਕੀਤਾ ਸੀ, ਪਰ ਘਾਟਾ ਸੇਵਾ ਸਿੰਘ ਨੂੰ ਹੀ ਪਿਆ ਸੀ। ਪਹਿਲਾਂ ਤਾਂ ਛੋਟੇ ਨੌ ਪੁੱਤ ਨੇ ਬਾਪੂ ਦੀ ਜੋੜੀ ਰਾਸ ਪੱਕੇ ਮਕਾਨ ਬਣਾਉਣ 'ਤੇ ਖਰਚਾਈ, ਫਿਰ ਮਾਂ ਪਿਓ ਦੀ ਲੜਾਈ ਕਰਾਤੀ। ਮਾਂ ਕੋਲ ਪੇਕਿਆਂ ਦੀ ਜ਼ਮੀਨ ਸੀ, ਉਹਨੂੰ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸਮਝ ਕੇ ਹੱਥੀ ਚਾੜ ਲਿਆ। ਹੁਣ ਸੇਵਾ ਸਿੰਘ ਨੂੰ ਜਾਪਿਆ ਕਹਾਣੀ ਤਾਂ ਕਸੂਤੀ ਹੋ ਗਈ। ਜਦੋਂ ਉਹ ਨੌ ਪੁੱਤ ਨੂੰ ਕਦੇ ਕੰਮ ਵਿਗੜਦਾ ਵੇਖ ਕੇ ਟੋਕਦਾ ਤਾਂ ਉਹ ਬੜਾ ਔਖਾ ਬੋਲਦੇ ਤੇ ਕਹਿੰਦੇ, ਚੁੱਪ ਚਾਪ ਰੋਟੀ ਖਾਣੀ ਹੈ ਤੱਖਾ, ਤੇਰੀਆਂ ਦੋ ਕਿੱਲੀਆਂ ਦਾ ਠੇਕਾ ਜਿੱਥੇ ਕਹੇ ਉੱਥੇ ਪਹੁੰਚਾ ਦਿਆ ਕਰਾਂਗੇ, ਜਿੱਧਰ ਮਰਜ਼ੀ ਤੁਰਦਾ ਬਣ। ਤੇ ਫਿਰ ਵਿੱਚੋਂ ਹੀ ਉਹਨਾਂ ਦੀ ਮਾਂ ਬੋਲਦੀ, ਇਹਦੇ ਦੋ ਕਿੱਲਿਆਂ 'ਚ ਮੇਰਾ ਵੀ ਅੱਧ ਹੈ। ਅਜਿਹੀਆਂ ਗੱਲਾਂ ਸੁਣ ਕੇ ਸੇਵਾ ਸਿੰਘ ਡਾਢਾ ਦੁਖੀ ਹੁੰਦਾ। ਰਹਿ ਰਹਿ ਕੇ ਪ੍ਰਤਾਪ ਸਿੰਘ ਦੀਆਂ ਗੱਲਾਂ ਯਾਦ ਆਉਂਦੀਆਂ। ਇੱਕ ਦਿਨ ਉਹ ਭਾਈ ਪ੍ਰਤਾਪ ਸਿੰਘ ਦੇ ਡੇਰੇ ਪੁੱਜਾ ਤੇ ਸਾਰੀ ਰਾਮ ਕਥਾ ਕਹਿ ਸੁਣਾਈ। ਭਾਈ ਨੇ ਕਿਹਾ, ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਮਾਈ ਨੂੰ ਨਾਲ ਲੈ ਕੇ ਵੱਖਰਾ ਅੰਨ ਪਾਣੀ ਕਰ ਲਓ, ਸਭ ਠੀਕ ਹੋ ਜਾਊ। ਡੁੱਬੀ ਤਾਂ ਜੇ ਸਾਹ ਨਾ ਆਇਆ, ਤੇਰੀ ਮਾਈ ਦਾ ਤਾਂ ਸਾਰਾ ਪੁਆੜਾ ਹੈ, ਉਹ ਤਾਂ ਛੋਟੀ ਨੂੰਹ ਦੀ ਸੇਵਾ ਤੇ ਡੁੱਲੀ ਪਈ ਹੈ, ਨਾਲੇ ਕਹਿੰਦੀ ਹੈ ਮੇਰੀ ਡੋਲੀ ਇਸ ਘਰ ਆਈ ਸੀ ਤੇ ਇੱਥੋਂ ਹੀ ਅਰਥੀ ਉੱਠੂ, ਤੇ ਤੂੰ ਵੱਡੇ ਵੱਲ ਹੋ ਜਾ, ਭਾਈ ਨੇ ਸਲਾਹ ਦਿੱਤੀ। ਨਹੀਂ ਪ੍ਰਤਾਪ ਸਿੰਘਾ, ਜੱਗ ਸਸਾਈ ਹੋਊ, ਲੋਕੀ ਆਖਣਗੇ ਵੇਖੋ ਪਹਿਲਾਂ ਛੋਟੇ ਨਾਲ ਸੀ ਤੇ ਹੁਣ ਵੱਡੇ ਨਾਲ, ਭਜਨ ਬੰਦਗੀ ਦੇ ਵੇਲੇ ਵੇਖੋ ਬੁੱਢਾ ਬੁੱਢੀ ਕੀ ਤਮਾਸ਼ਾ ਕਰ ਰਹੇ ਨੇ, ਤੇ ਨਾਲੇ ਇਸ ਤਰ੍ਹਾਂ ਕਰਨ ਨਾਲ ਦੋਵੇਂ ਮੁੰਡੇ ਸਾਡੇ ਬਹਾਨੇ ਰੋਜ਼ ਛਿੱਤਰੀ ਦਾਲ ਵੰਡਿਆ ਕਰਨਗੇ। ਸੇਵਾ ਸਿੰਘ ਨੇ ਬੜੀ ਦੂਰ ਦੀ ਸੋਚ ਕੇ ਕਿਹਾ। ਅਖੀਰ ਬਾਬਾ ਸੇਵਾ ਸਿੰਘ ਅਣ ਮੰਨੇ ਮਨ ਨਾਲ ਸ਼ਹਿਰ ਵਾਲੇ ਮੁੰਡੇ ਕੋਲ ਚਲਾ ਗਿਆ। ਸ਼ਹਿਰ ਵਿੱਚ ਸਾਰ ਸੁੱਖ ਸਨ, ਨੌ ਪੁੱਤ ਪੋਤੇ ਪੋਤੀਆਂ ਬਹੁਤ ਪਿਆਰ ਕਰਦੇ ਸਨ, ਪਰ ਸਾਰੀ ਉਮਰ ਪਿੰਡ ਵਿੱਚ ਰਹਿਣ ਦੇ ਆਦੀ ਬਾਬੇ ਨੂੰ ਸ਼ਹਿਰ ਦਾ ਬੰਧੇਜ ਰਾਸ ਨਾ ਆਇਆ, ਉਦਾਸ ਰਹਿਣ ਲੱਗਾ। ਮਨ ਨੂੰ ਮੋੜਨ ਲਈ ਗੁਰਦੁਆਰੇ ਵੀ ਜਾਂਦਾ, ਪਰ ਪਿੰਡ ਵਾਲੀ ਗੱਲ ਨਾ ਬਣਦੀ। ਕੁਝ ਦਿਨ ਬਿਮਾਰ ਰਹਿ ਕੇ ਬਾਪੂ ਨੇ ਪ੍ਰਾਣ ਤਿਆਗ ਦਿੱਤੇ। ਬਾਪੂ ਸੇਵਾ ਸਿੰਘ ਦੀ ਮੌਤ ਤੋਂ ਪਿੱਛੋਂ ਮਾਤਾ ਨੂੰ ਵੀ ਛੋਟੇ ਨੂੰ ਪੁੱਤ ਨੇ ਟੁੱਕ ਤੇ ਧਰੇ ਡੇਲਿਆਂ ਵਾਂਗ ਜਾਣਿਆ। ਕਦੀ ਹਿੱਸਾ ਦਿੰਦੇ, ਕਦੀ ਨਾ, ਕਦੀ ਰੋਟੀ ਦੇ ਛੱਡਦੇ, ਕਦੀ ਉਹ ਵੱਡੇ ਦੇ ਘਰ ਜਾਂਦੀ ਤੇ ਖਾਂਦੀ। ਮਾਤਾ ਨੂੰ ਪਤੀ ਦਾ ਵਿਛੋੜਾ ਮਹਿਸੂਸ ਹੋਇਆ, ਬਾਪੂ ਨੂੰ ਚੇਤੇ ਕਰਕੇ ਜਿਵੇਂ ਉਹ ਅੱਧ ਪਾਗਲ ਹੋ ਗਈ ਸੀ। ਪਹਿਲਾਂ ਜਿਸ ਬਾਪੂ ਸੇਵਾ ਸਿੰਘ ਨੂੰ ਮਾਤਾ ਵਾਧੂ ਤੇ ਫਾਲਤੂ ਆਦਮੀ ਕਹਿੰਦੀ ਸੀ, ਹੁਣ ਉਸ ਤੋਂ ਬਿਨਾਂ ਉਸਨੂੰ ਸਾਰਾ ਸੰਸਾਰ ਫਾਲਤੂ ਲੱਗਦਾ ਸੀ। ਅਜਿਹੀ ਹਾਲਤ ਵਿੱਚ
ਕਦੀ ਉਹ ਛੋਟੀ ਨੂੰ ਪਿੰਦਰੀ ਦੇ ਘਰ ਜਾਂਦੀ ਤੇ ਪੁੱਛਦੀ, ਨੀ ਤੇਰਾ ਬਾਪੂ ਨਹੀਂ ਆਇਆ? ਤੇ ਫਿਰ ਉਹ ਆਪ ਹੀ ਆਖਦੀ, ਨਹੀਂ ਆਇਆ ਤਾਂ ਨਾ ਸਹੀ, ਮੈਂ ਉਸ ਫਾਲਤੂ ਆਦਮੀ ਦਾ ਆਚਾਰ ਪਾਉਣਾ। ਫਿਰ ਵੱਡੀ ਨੂੰਹ ਦੇ ਘਰ ਜਾਂਦੀ ਤੇ ਕਹਿੰਦੀ, ਨੀ ਬਖਸ਼ੋ, ਰੋਟੀ ਦੀ ਬੁਰਕੀ ਦੇ, ਪਿੰਦਰੀ ਨੇ ਤਾਂ ਪਤਾ ਨਹੀਂ ਅੱਜ ਪਕਾਈਆਂ ਨੇ ਕਿ ਨਹੀਂ, ਜਾਂ ਖਬਰੇ ਬੁੜਾ ਹੀ ਖਾ ਗਿਆ ਹੋਵੇ ਸਾਰੀਆਂ। ਮੇਰੇ ਲਈ ਤਾਂ ਕੋਈ ਬਚੀ ਨਹੀਂ ਹੋਣੀ, ਮੈਂ ਹੁਣ ਪਿੰਦਰੀ ਦੇ ਲਈ ਇੱਕ ਫਾਲਤੂ ਹੋ ਗਈ ਆ ਨਾ। ਤੇ ਫਿਰ ਉਹ ਆਪਣੇ ਆਪ ਨੂੰ ਫਾਲਤੂ ਕਹਿ ਕੇ ਰੋਂਦੀ ਤੇ ਵੈਣ ਪਾਉਣ ਲੱਗਦੀ। ਧੰਨਵਾਦ।